ਕੂਚ ਅਧਿਆਇ 37 ਬਸਲੇਯੇਲ ਨੇ ਸਟੀਮ ਦੀ ਲੱਕੜੀ ਦਾ ਇੱਕ ਸੰਦੂਕ ਬਣਾਇਆ ਜਿਹਦੀ ਲੰਬਾਈ 28 ਹੱਥ ਚੌੜਾਈ 1.5 ਹੱਥ ਅਤੇ ਉਚਾਈ 1.5 ਹੱਥ ਸੀ ਅਤੇ ਉਸਨੇ ਉਸਨੂੰ ਅੰਦਰੋਂ ਬਾਹਰੋਂ ਕੁੰਦਨ ਸੋਨੇ ਨਾਲ ਮੜਿਆ ਔਰ ਉਸਦੇ ਉੱਤੇ ਚੁਫੇਰੇ ਸੋਨੇ ਦੀ ਬਨੇਰੀ ਬਣਾਈ ਅਤੇ ਉਸਦੇ ਲਈ ਸੋਨੇ ਦੇ 4 ਕੜੇ ਟਾਲ ਕੇ ਉਸਦੀਆਂ 4 ਨੁੱਕਰਾਂ ਉੱਤੇ ਬਣਾਏ ਅਰਥਾਤ 2 ਕੜੇ ਇੱਕ ਪਾਸੇ ਅਤੇ 2 ਕੜੇ ਦੂਜੇ ਪਾਸੇ ਔਰ ਉਸਨੇ ਸਟੀਮ ਦੀ ਲੱਕੜੀ ਦੀਆਂ ਚੋਬਾਂ ਬਣਾਈਆਂ ਅਤੇ ਉਹਨਾਂ ਉੱਤੇ ਸੋਨਾ ਮੜਿਆ ਉਸਨੇ ਚੋਬਾਂ ਨੂੰ ਸੰਦੂਕ ਦੇ ਪਾਸਿਆਂ ਦੇ ਕੜੀਆਂ ਵਿੱਚ ਪਾਇਆ ਤਾਂ ਜੋ ਉਹਨਾਂ ਨਾਲ ਸੰਦੂਕ ਚੁੱਕਿਆ ਜਾਵੇ ਔਰ ਉਸਨੇ ਪਰਾਚਿਤ ਦਾ ਸਰਪੋਸ ਕੁੰਦਨ ਸੋਨੇ ਦਾ ਬਣਾਇਆ ਜਿਹਦੀ ਲੰਬਾਈ 28 ਹੱਥ ਔਰ ਚੌੜਾਈ 1.5 ਹੱਥ ਸੀ ਅਤੇ ਉਸਨੇ ਸੋਨੇ ਦੇ 2 ਕਰੂਬੀ ਬਣਾਏ ਉਸਨੇ ਉਹਨਾਂ ਨੂੰ ਕੜਕੇ ਪਰਾਚਿਤ ਦੇ ਸਰਪੋਸ ਦੇ 2 ਸਿਰਿਆਂ ਤੇ ਬਣਾਇਆ ਇੱਕ ਕਰੂਬੀ ਇੱਕ ਸਿਰੇ ਤੇ ਔਰ ਦੂਜਾ ਕਰੂਬੀ ਦੂਜੇ ਸਿਰੇ ਤੇ ਉਸਨੇ ਕਰੂਬੀ ਪਰਾਸਿਤ ਦੇ ਸਰਪੋਸ ਦੇ 2 ਪਾਸਿਆਂ ਉੱਤੇ ਉਸੇ ਤੋਂ ਬਣਾਏ ਅਤੇ ਉਹ ਕਰੂਬੀ ਆਪਣੇ ਖੰਬ ਉਤਾਹਾਂ ਨੂੰ ਖਿੜਾਏ ਹੋਏ ਸਨ ਅਤੇ ਉਹਨਾਂ ਦੇ ਖੰਬ ਪਰਾਸਿਤ ਦੇ ਸਰਪੋਸ ਨੂੰ ਟੱਕਦੇ ਸਨ ਔਰ ਉਹਨਾਂ ਦੇ ਮੂੰਹ ਆਪਣੇ ਆਮਣੇ ਸਾਹਮਣੇ ਸਨ ਅਤੇ ਕਰੂਬੀਆਂ ਦੇ ਮੂੰਹ ਪਰਾਸਿਤ ਦੇ ਸਰਪੋਸ ਵੱਲ ਸਨ ਉਸਨੇ ਚੀਮ ਦੀ ਲੱਕੜੀ ਦੀ ਇੱਕ ਮੇਜ਼ ਬਣਾਈ ਉਸਦੀ ਲੰਬਾਈ 2 ਹੱਥ ਔਰ ਉਸਦੀ ਚੜਾਈ 1 ਹੱਥ ਔਰ ਉਸਦੀ ਉਚਾਈ 1.5 ਹੱਥ ਸੀ ਅਤੇ ਉਸਨੂੰ ਕੁੰਦਨ ਸੋਨੇ ਨਾਲ ਮੜਿਆ ਔਰ ਉਸਦੇ ਚੁਫੇਰੇ ਸੋਨੇ ਦੀ ਬਨੇਰੀ ਬਣਾਈ ਉਸਨੇ ਉਹਦੇ ਲਈ ਇੱਕ ਚੱਪਾ ਪਰ ਕਨਾਰੀ ਚੁਫੇਰੇ ਬਣਾਈ ਅਤੇ ਉਸਨੇ ਸੋਨੇ ਦੀ ਬਨੇਰੀ ਕਨਾਰੀ ਦੇ ਚੁਫੇਰੇ ਬਣਾਈ ਉਸਨੇ ਉਹਦੇ ਲਈ ਸੋਨੇ ਦੇ 4 ਕੜੇ ਟਾਲ ਕੇ ਬਣਾਏ ਔਰ ਉਸਨੇ ਉਹਨਾਂ ਕੜੀਆਂ ਨੂੰ ਉਹਦੇ 2 ਕੁੰਜੀਆਂ ਉੱਤੇ ਜਿਹੜੇ 4 ਪਾਵੀਆਂ ਉੱਤੇ ਸਨ ਪਾ ਦਿੱਤਾ ਕਨਾਰੀ ਦੇ ਕੋਲ ਹੀ ਕੜੇ ਸਨ ਅਤੇ ਉਹ ਮੇਜ਼ ਦੇ ਚੁੱਕਣ ਨੂੰ ਚੋਬਾ ਪਾਉਣ ਲਈ ਸਨ ਔਰ ਉਹ ਚੋਬਾ ਸਟੀਮ ਦੀ ਲੱਕੜੀ ਤੋਂ ਬਣਾਈਆਂ ਅਤੇ ਉਸ ਉਹਨਾਂ ਨੂੰ ਸੋਨੇ ਨਾਲ ਮੜਿਆ ਤਾਂ ਜੋ ਮੇਜ਼ ਚੁੱਕੀ ਜਾਵੇ ਉਸਨੇ ਮੇਜ਼ ਦੇ ਉਤਲੇ ਪਾਂਡੇ ਕੁੰਦਨ ਸੋਨੇ ਦੇ ਬਣਾਏ ਅਰਥਾਤ ਉਸਦੀਆਂ ਤਾਲੀਆਂ ਚਮਚੇ ਗਾਗਰਾ ਔਰ ਡੋਲਨ ਦੇ ਕਟੋਰੇ ਉਸਨੇ ਸਮਾਧਾਨ ਕੁੰਦਨ ਸੋਨੇ ਦਾ ਬਣਾਇਆ ਅਤੇ ਉਹ ਸਮਾਧਾਨ ਕੜਕੇ ਬਣਾਇਆ ਉਸਦਾ ਪਾਏਦਾਨ ਔਰ ਡੰਡਾ ਔਰ ਕਟੋਰੇ ਔਰ ਗੋਲੇ ਔਰ ਫੁੱਲ ਉਸ ਵਿੱਚੋਂ ਹੀ ਸਨ ਔਰ 6 ਟਹਿਣੀਆਂ ਉਸਦੇ 2 ਪਾਸਿਆਂ ਤੋਂ ਨਿਕਲਦੀਆਂ ਸਨ ਸਮਾਧਾਨ ਦੇ 1 ਪਾਸਿਓਂ 3 ਟਹਿਣੀਆਂ ਅਤੇ ਸਮਾਧਾਨ ਦੇ ਦੂਜੇ ਪਾਸਿਓਂ 3 ਟਹਿਣੀਆਂ 1 ਟਹਿਣੀ ਉੱਤੇ 3 ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਗੋਲੇ ਔਰ ਫੁੱਲ ਔਰ ਦੂਜੀ ਟਹਿਣੀ ਉੱਤੇ 3 ਕਟੋਰੇ ਬਦਾਮ ਦੇ ਫੁੱਲਾਂ ਵਰਗੇ ਔਰ ਗੋਲੇ ਔਰ ਫੁੱਲ ਸਨ ਅਤੇ ਯੂੰ ਹੀ 6 ਟਹਿਣੀਆਂ ਲਈ ਸੀ ਜਿਹੜੀਆਂ ਸਮਾਧਾਨ ਤੋਂ ਨਿਕਲਦੀਆਂ ਸਨ ਅਤੇ ਸਮਾਧਾਨ ਵਿੱਚ 4 ਕਟੋਰੇ ਬਦਾਮ ਦੇ ਫੁੱਲਾਂ ਵਰਗੇ ਅਤੇ ਉਹਦੇ ਗੋਲੇ ਔਰ ਉਹਦੇ ਫੁੱਲ ਸਨ ਉਸ ਤੋਂ 2 ਟਹਿਣੀਆਂ ਹੇਠ 1 ਗੋਲਾ ਔਰ ਫਿਰ ਉਸ ਤੋਂ 2 ਟਹਿਣੀਆਂ ਹੇਠ 1 ਗੋਲਾ
ਅਤੇ ਉਸ ਤੋਂ ਫਿਰ ਦੋਹਾਂ ਟਹਿਣੀਆਂ ਹੇਠ ਇੱਕ ਗੋਲਾ ਯੂੰ ਉਹਨਾਂ ਛੇਆਂ ਟਹਿਣੀਆਂ ਲਈ ਸੀ ਜਿਹੜੀਆਂ ਉਸ ਤੋਂ ਨਿਕਲਦੀਆਂ ਸਨ। ਉਹਨਾਂ ਦੇ ਗੋਲੇ ਅਤੇ ਉਹਨਾਂ ਦੀਆਂ ਟਹਿਣੀਆਂ ਉੱਥੇ ਤੋਂ ਸਨ, ਅਰਥਾਤ ਇਹ ਸਾਰਾ ਖੜਿਆ ਹੋਇਆ ਕੁੰਦਨ ਸੋਨੇ ਦਾ ਇੱਕ ਟੁਕੜੇ ਤੋਂ ਸੀ। ਉਸਨੇ ਸੱਤ ਦੀਵੇ ਬਣਾਏ ਔਰ ਉਸਦੇ ਗੁਲਤਰਾਸ ਅਤੇ ਉਸਦੇ ਗੁਲਦਾਨ ਕੁੰਦਨ ਸੋਨੇ ਦੇ ਸਨ ਅਤੇ ਉਸਨੇ ਇੱਕ ਮਨ ਦੇ ਲਗਭਗ ਕੁੰਦਨ ਸੋਨੇ ਤੋਂ ਇਹ ਚਾਰੇ ਭਾਂਡੇ ਬਣਾਏ। ਉਸਨੇ ਸਟੀਮ ਦੀ ਲੱਕੜੀ ਤੋਂ ਧੂਪ ਦੀ ਇੱਕ ਜਗਵੇ ਦੀ ਬਣਾਈ। ਉਸਦੀ ਲੰਬਾਈ ਇੱਕ ਹੱਥ, ਉਸਦੀ ਚੜਾਈ ਇੱਕ ਹੱਥ ਅਤੇ ਉਹ ਚੌਰਸ ਸੀ ਅਤੇ ਦੋ ਹੱਥ ਉਸਦੀ ਉਚਾਈ ਸੀ ਅਤੇ ਉਸਦੇ ਸਿੰਘ ਉਸੇ ਤੋਂ ਸਨ। ਉਸਨੇ ਉਹਨੂੰ ਕਾਲਸ ਸੋਨੇ ਨਾਲ ਮੜਿਆ, ਅਰਥਾਤ ਉਹਦਾ ਉੱਪਰਲਾ ਪਾਸਾ ਅਤੇ ਉਹਦੇ ਚੁਫੇਰੇ ਦੇ ਪਾਸੇ ਅਤੇ ਉਸਦੇ ਸਿੰਘ। ਉਸਨੇ ਉਹਦੇ ਚੁਫੇਰੇ ਇੱਕ ਸੋਨੇ ਦੀ ਬਨੇਰੀ ਬਣਾਈ ਅਤੇ ਉਸ ਲਈ ਸੋਨੇ ਦੇ ਦੋ ਕੜੇ ਉਸਦੀ ਬਨੇਰੀ ਦੇ ਹੇਠ ਉਸਦੇ ਦੋਹਾਂ ਪੱਲੀਆਂ ਉੱਤੇ ਅਤੇ ਉਸਦੀ ਦੋਹੀ ਪਾਂਸੀ ਬਣਾਈ। ਉਸਨੂੰ ਚੁੱਕਣ ਲਈ ਚੌਬਾਂ ਦੇ ਤਾਂ ਸਨ। ਉਸਨੇ ਚੌਬਾਂ ਸਟੀਮ ਦੀ ਲੱਕੜੀ ਤੋਂ ਬਣਾਈਆਂ ਅਤੇ ਉਹਨਾਂ ਨੂੰ ਸੋਨੇ ਨਾਲ ਮੜਿਆ। ਉਸਨੇ ਮਸਾ ਕਰਨ ਦਾ ਪਵਿੱਤਰ ਤੇਲ ਅਤੇ ਨਿਰੋਲ ਧੂਪ ਨੂੰ ਗਾਂਧੀ ਦੇ ਕੰਮ ਅਨੁਸਾਰ ਬਣਾਇਆ। ਰਾਜਿਆਂ ਦੀ ਦੂਜੀ ਪੋਥੀ ਅਧਿਆਇ 11। ਜਦ ਅਹਜ਼ਿਆ ਦੀ ਮਾਤਾ ਅਥਲਿਆ ਨੇ ਵੇਖਿਆ ਪਈ ਮੇਰਾ ਪੁੱਤਰ ਮਰ ਗਿਆ ਤਾਂ ਉਸਨੇ ਉੱਠ ਕੇ ਸਾਰੇ ਰਾਜਵੰਸ਼ ਦਾ ਨਾਸ ਕਰ ਦਿੱਤਾ। ਪਰ ਯੋਰਾਮ ਪਾਦਸ਼ਾਹ ਦੀ ਧੀ ਯਹੋਸ਼ਬਾ ਨੇ, ਜੋ ਅਹਜ਼ਿਆ ਦੀ ਭੈਣ ਸੀ, ਅਹਜ਼ਿਆ ਦੇ ਪੁੱਤਰ ਯੋਯਾਜ਼ ਨੂੰ ਲਿਆ ਔਰ ਉਹਨੂੰ ਪਾਦਸ਼ਾਹ ਦੇ ਪੁੱਤਰਾਂ ਵਿੱਚੋਂ ਜੋ ਮਾਰੇ ਜਾ ਰਹੇ ਸਨ ਚੁਰਾ ਲਿਆ। ਉਹਨੇ ਉਹਦੀ ਦਾਈ ਸਨੇ ਉਹਨੂੰ ਸੌਣ ਵਾਲੀ ਕੋਠੜੀ ਵਿੱਚ ਅਥਲਿਆ ਦੇ ਅੱਗੋਂ ਅਜਿਹਾ ਲੁਕਾਇਆ ਪਈ ਉਹ ਮਾਰਿਆ ਨਾ ਗਿਆ, ਪਰ ਯਹੋਵਾ ਦੇ ਭਵਨ ਵਿੱਚ ਉਸਦੇ ਨਾਲ 6 ਵਰੇ ਲੁਕਿਆ ਰਿਹਾ ਔਰ ਅਥਲਿਆ ਦੇਸ ਉੱਤੇ ਰਾਜ ਕਰਦੀ ਰਹੀ। ਪਰੰਤੂ 7ਵੇਂ ਵਰੇ ਯਹੋਯਾਦਾ ਨੇ ਕਾਰਿਆਂ ਤੇ ਪਹਿਰੇਦਾਰਾਂ ਦੇ 100-100 ਦੇ ਸਰਦਾਰਾਂ ਨੂੰ ਸੱਦ ਕੱਲਿਆ ਔਰ ਉਹਨਾਂ ਨੂੰ ਆਪਣੇ ਕੋਲ ਯਹੋਵਾ ਦੇ ਭਵਨ ਵਿੱਚ ਲਿਆਇਆ ਔਰ ਜਦ ਉਹਨੇ ਉਹਨਾਂ ਨਾਲ ਨੇਮ ਬੰਨਿਆ ਔਰ ਯਹੋਵਾ ਦੇ ਭਵਨ ਵਿੱਚ ਉਹਨਾਂ ਨੂੰ ਸੌਂ ਕੁਆਈ ਤਾਂ ਉਹਨੇ ਉਹਨਾਂ ਨੂੰ ਪਾਦਸ਼ਾਹ ਦਾ ਪੁੱਤਰ ਵਿਖਾਇਆ ਔਰ ਉਹਨਾਂ ਨੂੰ ਇਹ ਹੁਕਮ ਦਿੱਤਾ ਕਿ ਤੁਸਾਂ ਆ ਕੰਮ ਕਰਨਾ, ਤੁਹਾਡੇ ਵਿੱਚੋਂ ਇੱਕ ਦਿਹਾਈ ਸ਼ਬਦ ਨੂੰ ਆ ਕੇ ਪਾਦਸ਼ਾਹ ਦੇ ਮਹਿਲ ਉੱਤੇ ਪਹਿਰਾ ਦੇਣਗੇ ਔਰ ਇੱਕ ਦਿਹਾਈ ਸੂਰ ਨਾਮੀ ਫਾਟਕ ਉੱਤੇ ਔਰ ਇੱਕ ਦਿਹਾਈ ਪਹਿਰੇਦਾਰਾਂ ਦੇ ਪਿਛਵਾੜੇ ਦੇ ਫਾਟਕ ਉੱਤੇ। ਇਸ ਤਰ੍ਹਾਂ ਤੁਸੀਂ ਮਹਿਲ ਉੱਤੇ ਪਹਿਰਾ ਦੇਣਾ ਅਤੇ ਤੁਹਾਡੇ ਦੋ ਜੱਤੇ ਉਹ ਸੱਬੇ ਜਿਹੜੇ ਸਬਤ ਨੂੰ ਬਾਹਰ ਨਿਕਲਦੇ ਹਨ ਪਾਦਸ਼ਾਹ ਦੇ ਨੇੜੇ ਰਹਿ ਕੇ ਯਹੋਵਾ ਦੇ ਭਵਨ ਦੀ ਰਾਖੀ ਕਰਨ। ਇਸ ਤਰ੍ਹਾਂ ਤੁਸੀਂ ਆਪਣੇ ਹਥਿਆਰ ਹੱਥ ਵਿੱਚ ਲੈ ਕੇ ਪਾਦਸ਼ਾਹ ਨੂੰ ਚੁਫੇਰਿਓਂ ਘੇਰੀ ਰੱਖਿਓ ਔਰ ਜੋ ਕੋਈ ਪਾਲਾਂ ਦੇ ਅੰਦਰ ਆਵੇ ਉਹ ਮਾਰਿਆ ਜਾਵੇ। ਸੋ ਤੁਸੀਂ ਪਾਦਸ਼ਾਹ ਦੇ ਅੰਦਰ ਬਾਹਰ ਆਉਂਦੀਆਂ ਜਾਂਦੀਆਂ ਉਹਦੇ ਨਾਲ
ਨਾਲ ਰਹੀਓ ਤਾਂ ਸੌ ਸੌ ਦੀਆਂ ਸਰਦਾਰਾਂ ਨੇ ਸਭ ਕੁਛ ਓਵੇਂ ਕੀਤਾ ਜਿਵੇਂ ਯਹੋਯਾਦਾ ਜਾਜਕ ਨੇ ਆਗਿਆ ਦਿੱਤੀ ਸੀ। ਉਹਨਾਂ ਨੇ ਆਪਣੇ ਆਪਣੇ ਆਦਮੀਆਂ ਨੂੰ ਜਿਹੜੇ ਸ਼ਬਦ ਨੂੰ ਅੰਦਰ ਆਉਣ ਵਾਲੇ ਸਨ ਉਹਨਾਂ ਦੇ ਨਾਲ ਜਿਹੜੇ ਸ਼ਬਦ ਨੂੰ ਬਾਹਰ ਜਾਣ ਵਾਲੇ ਸਨ ਲਿਆ ਔਰ ਯਹੋਯਾਦਾ ਜਾਜਕ ਕੋਲ ਆਏ ਅਤੇ ਜਾਜਕ ਨੇ ਦਾਊਦ ਪਾਤਸ਼ਾਹ ਦੇ ਬਰਛੇ ਤੇ ਟਾਲਾਂ ਜੋ ਯਹੋ ਦੇ ਭਵਨ ਵਿੱਚ ਸਨ ਸੌ ਸੌ ਦੀਆਂ ਸਰਦਾਰਾਂ ਨੂੰ ਦਿੱਤੀਆਂ ਔਰ ਪਹਿਰੇਦਾਰ ਆਪਣੇ ਆਪਣੇ ਹਥਿਆਰ ਹੱਥ ਵਿੱਚ ਲੈ ਕੇ ਭਵਨ ਦੇ ਸੱਜੇ ਕੁੰਜਿਓਂ ਲੈ ਕੇ ਭਵਨ ਦੇ ਖੱਬੇ ਕੁੰਜੇ ਤਾਈਂ ਜਗਵੇਦੀ ਤੇ ਭਵਨ ਦੇ ਲਾਗੇ ਪਾਤਸ਼ਾਹ ਦੇ ਚੁਫੇਰੇ ਖੜੇ ਹੋ ਗਏ। ਤਦ ਉਸਨੇ ਪਾਤਸ਼ਾਹ ਦੇ ਪੁੱਤਰ ਨੂੰ ਬਾਹਰ ਲਿਆ ਕੇ ਉਹਦੇ ਉੱਤੇ ਮੁਕਟ ਰੱਖਿਆ ਔਰ ਨਾਮਾ ਵੀ ਦਿੱਤਾ ਜੋ ਉਹਨਾਂ ਨੇ ਉਹਨੂੰ ਪਾਤਸ਼ਾਹ ਬਣਾਇਆ ਔਰ ਉਹਨੂੰ ਮਸਾ ਕੀਤਾ ਔਰ ਤਾਲੀਆਂ ਵਜਾਇਆ ਤੇ ਆਖਿਆ ਪਾਤਸ਼ਾਹ ਜੀਵਦਾ ਰਹੇ। ਅਤਲਿਆ ਨੇ ਪਹਿਰੇਦਾਰਾਂ ਔਰ ਲੋਕਾਂ ਦਾ ਰੋਲਾ ਸੁਣਿਆ ਤਾਂ ਉਹ ਲੋਕਾਂ ਕੋਲ ਯਹੋਵਾ ਦੇ ਭਵਨ ਵਿੱਚ ਆਈ। ਜਦ ਨਿਗਾਹ ਕੀਤੀ ਤਾਂ ਵੇਖੋ ਰੀਤੀ ਅਨੁਸਾਰ ਪਾਤਸ਼ਾਹ ਥੰਮ ਦੇ ਕੋਲ ਖਲੋਤਾ ਸੀ ਔਰ ਸਰਦਾਰ ਤੇ ਤੂਰੀ ਵਜਾਉਣ ਵਾਲੇ ਪਾਤਸ਼ਾਹ ਦੇ ਕੋਲ ਸਨ ਔਰ ਦੇਸ਼ ਦੇ ਸਾਰੇ ਲੋਕ ਖੁਸ਼ੀਆਂ ਮਨਾਉਂਦੇ ਔਰ ਤੂਰੀਆਂ ਵਜਾਉਂਦੇ ਸਨ। ਸੋ ਅਤਲਿਆ ਨੇ ਆਪਣੇ ਲੀੜੇ ਪਾੜੇ ਔਰ ਉੱਚੀ ਦਿੱਤੀ ਬੋਲੀ ਗਦਰ ਵੇ ਗਦਰ ਤਾਂ ਇਹੋ ਯਾਦਾ ਜਾਜਕ ਨੇ ਸੌ ਸੌ ਦੇ ਸਰਦਾਰਾਂ ਨੂੰ ਜੋ ਲਸ਼ਕਰ ਦੇ ਹਾਕਮ ਸਨ ਆਗਿਆ ਦਿੱਤੀ ਔਰ ਉਹਨਾਂ ਨੂੰ ਆਖਿਆ ਉਹਨੂੰ ਪਾਲਾਂ ਦੇ ਵਿਚਕਾਰੋਂ ਲੈ ਜਾਓ ਔਰ ਜੋ ਕੋਈ ਉਹਦੇ ਪਿੱਛੇ ਆਵੇ ਤੁਸੀਂ ਉਸ ਨੂੰ ਤਲਵਾਰ ਨਾਲ ਮਾਰਨਾ ਕਿਉਂ ਜੋ ਜਾਜਕ ਨੇ ਆਖਿਆ ਪਏ ਉਹ ਯਹੋਵਾ ਦੇ ਭਵਨ ਵਿੱਚ ਮਾਰੀ ਨਾ ਜਾਵੇ। ਸੋ ਉਹਨਾਂ ਨੇ ਉਹਦੇ ਲਈ ਰਾਹ ਛੱਡ ਦਿੱਤਾ ਔਰ ਉਹ ਉਸੇ ਰਾਹੋਂ ਗਈ ਜਿਸ ਰਾਹ ਕੋੜੇ ਪਾਤਸ਼ਾਹ ਦੇ ਮਹਿਲ ਨੂੰ ਜਾਂਦੇ ਹੁੰਦੇ ਸਨ ਔਰ ਉਹ ਉੱਤੇ ਮਾਰੀ ਗਈ। ਯਹੋਯਾਦਾ ਨੇ ਯਹੋਵਾ ਔਰ ਪਾਤਸ਼ਾਹ ਔਰ ਲੋਕਾਂ ਦੇ ਵਿਚਾਰ ਇੱਕ ਨੇਮ ਬਣਿਆ ਪਈ ਉਹ ਯਹੋਵਾ ਦੀ ਪਰਜਾ ਹੋਣ ਅਤੇ ਪਾਤਸ਼ਾਹ ਤੇ ਲੋਕਾਂ ਦੇ ਵਿਚਕਾਰ ਵੀ ਨੇਮ ਬਣਿਆ ਅਤੇ ਦੇਸ਼ ਦੇ ਸਾਰੇ ਲੋਕ ਬਾਲ ਦੇ ਮੰਦਰ ਵਿੱਚ ਵੜ ਗਏ ਔਰ ਉਸ ਨੂੰ ਟਾ ਦਿੱਤਾ। ਉਹਦੀਆਂ ਜਗਵੇਦੀਆਂ ਤੇ ਮੂਰਤਾਂ ਨੂੰ ਉਕਾਹੀ ਚੱਕਣਾ ਚੂਰ ਕਰ ਛੱਡਿਆ ਔਰ ਬਾਲ ਦੇ ਹੁਜਾਰੀ ਮਥਾਨ ਨੂੰ ਉਹਨਾਂ ਨੇ ਜਗਵੇਦੀਆਂ ਦੇ ਅੱਗੇ ਮਾਰ ਛੱਡਿਆ ਔਰ ਜਾਜਕ ਨੇ ਯਹੋਵਾ ਦੇ ਭਵਨ ਉੱਤੇ ਵੇਖਭਾਲ ਕਰਨ ਵਾਲੇ ਟਹਿਰਾਏ ਅਤੇ ਉਹਨੇ ਸੌ ਸੌ ਦੇ ਸਰਦਾਰਾਂ ਕਾਰੀਆਂ ਅਤੇ ਪਹਿਰੇਦਾਰਾਂ ਔਰ ਦੇਸ਼ ਦੇ ਸਾਰੇ ਲੋਕਾਂ ਨੂੰ ਲਿਆ ਔਰ ਉਹ ਪਾਤਸ਼ਾਹ ਨੂੰ ਯਹੋਵਾ ਦੇ ਭਵਨ ਤੋਂ ਉਤਾਰ ਲਿਆਏ ਔਰ ਉਹ ਪਹਿਰੇਦਾਰਾਂ ਦੇ ਫਾਟਕ ਦੇ ਰਾਹ ਪਾਤਸ਼ਾਹ ਦੇ ਮਹਿਲ ਵਿੱਚ ਆਏ ਔਰ ਉਹ ਪਾਤਸ਼ਾਹ ਦੇ ਸਿੰਘਾਸਨ ਉੱਤੇ ਬਿਰਾਜਮਾਨ ਹੋਇਆ ਅਤੇ ਦੇਸ਼ ਦੀਆਂ ਸਾਰੀਆਂ ਲੋਕਾਂ ਨੇ ਖੁਸ਼ੀ ਮਨਾਈ ਔਰ ਜਦ ਉਹਨਾਂ ਨੇ ਅਤਲਿਆ ਨੂੰ ਪਾਤਸ਼ਾਹ ਦੇ ਮਹਿਲ ਵਿੱਚ ਤਲਵਾਰ ਨਾਲ ਮਾਰ ਸੁੱਟਿਆ ਤਾਂ ਸ਼ਹਿਰ ਵਿੱਚ ਅਮਨ ਹੋ ਗਿਆ ਅਤੇ ਜਦ ਇਹਯਾਸ ਰਾਜ ਕਰਨ ਲੱਗਾ ਤਾਂ ਉਹ 7 ਵਰ੍ਹਿਆਂ ਦਾ ਸੀ। ਰਾਜਿਆਂ ਦੀ ਦੂਜੀ ਪੋਥੀ ਅਧਿਆਇ 12
ਯਹੂਦੇ ਸੱਤਵੇਂ ਵਰੇ ਯਹੋਯਾਸ ਰਾਜ ਕਰਨ ਲੱਗਾ ਔਰ ਉਹਨੇ ਯਰੂਸ਼ਲੇਮ ਵਿੱਚ 40 ਵਰੇ ਰਾਜ ਕੀਤਾ ਔਰ ਉਹਦੀ ਮਾਤਾ ਦਾ ਨਾਂ ਸਿਬਿਆ ਸੀ ਜੋ ਬੈਰ ਸ਼ਬਾ ਦੀ ਸੀ ਅਤੇ ਯਹੋਯਾਸ ਆਪਣੀ ਸਾਰੀ ਉਮਰ ਤਦ ਤਾਈ ਯਹੋਯਾ ਦਾ ਜਾਜਕ ਉਹਨੂੰ ਸਿੱਖਿਆ ਦਿੰਦਾ ਰਿਹਾ ਉਹ ਕੰਮ ਕਰਦਾ ਰਿਹਾ ਜੋ ਯਹੋਵਾ ਦੀ ਨਿਗਾਹ ਵਿੱਚ ਠੀਕ ਸੀ ਤਾਂ ਵੀ ਉੱਚੇ ਤਾਂ ਉਹਨਾਂ ਨੇ ਨਾ ਟਾਹੇ ਅਤੇ ਤਾਈ ਲੋਕ ਉੱਚੀਆਂ ਤਾਵਾਂ ਉੱਤੇ ਬਲੀ ਚੜਾਉਂਦੇ ਔਰ ਧੂਪ ਤੁਖਾਉਂਦੇ ਸਨ ਯਹੋਯਾਸ ਨੇ ਜਾਜਕ ਨੂੰ ਆਖਿਆ ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਦਾ ਉਹ ਸਾਰ ਰੁਪਿਆ ਜੋ ਯਹੋਵਾ ਦੇ ਭਵਨ ਵਿੱਚ ਲਿਆਂਦਾ ਜਾਵੇ ਅਰਥਾਤ ਗਿਣਿਆ ਹੋਇਆ ਲੋਕਾਂ ਦਾ ਰੁਪਿਆ ਅਤੇ ਉਹ ਸਭ ਰੁਪਿਆ ਜੋ ਕੋਈ ਆਦਮੀ ਆਪਣੇ ਇੱਛਿਆ ਨਾਲ ਯਹੋਵਾ ਦੇ ਭਵਨ ਵਿੱਚ ਲਿਆਵੇ ਜਾਜਕ ਆਪਣੇ ਜਾਨ ਪਛਾਣ ਕੋਲੋਂ ਲੈ ਲਿਆ ਕਰਨ ਔਰ ਜਿੱਥੇ ਕਿਤੇ ਯਹੋਵਾ ਦੇ ਭਵਨ ਵਿੱਚ ਟੁੱਟ ਫੁੱਟ ਹੋਵੇ ਉਹਨਾਂ ਟੁੱਟਾਂ ਫੁੱਟਾਂ ਦੀ ਮੁਰਾਮਤ ਕਰਨ ਪਰ ਯੂੰ ਹੋਇਆ ਪਈ ਯਹੋਯਾਸ ਨੇ 23ਵੇਂ ਵਰੇ ਤਾਈ ਜਾਜਕਾਂ ਨੇ ਭਵਨ ਦੀ ਟੁੱਟ ਫੁੱਟ ਦੀ ਮੁਰਾਮਤ ਨਾ ਕੀਤੀ ਉਪਰੰਤ ਯਹੋਯਾਸ ਪਾਦਸ਼ਾਹ ਨੇ ਯਹੋਯਾ ਦਾ ਜਾਜਕ ਔਰ ਦੂਜੇ ਜਾਜਕਾਂ ਨੂੰ ਸੱਦ ਕੇ ਉਹਨਾਂ ਨੂੰ ਆਖਿਆ ਤੁਸੀਂ ਭਵਨ ਦੀ ਟੁੱਟ ਫੁੱਟ ਦਾ ਮੁਰਾਮਤ ਕਿਉਂ ਨਹੀਂ ਕਰਦੇ ਇਸ ਲਈ ਆਪਣੀਆਂ ਜਾਣਾ ਪਛਾਣਾ ਕੋਲੋਂ ਹੁਣ ਰੁਪਿਆ ਨਾ ਲਿਓ ਪਰ ਭਵਨ ਦੀ ਟੁੱਟ ਫੁੱਟ ਲਈ ਦਿਓ ਇਸ ਲਈ ਜਾਜਕਾਂ ਨੇ ਮੰਨ ਲਿਆ ਪਈ ਨਾ ਤਾਂ ਅਸੀਂ ਲੋਕਾਂ ਕੋਲੋਂ ਚਾਂਦੀ ਲਵਾਂਗੇ ਨਾ ਭਵਨ ਦੀ ਟੁੱਟ ਫੁੱਟ ਦੀ ਮੁਰਾਮਤ ਕਰਾਂਗੇ ਤਦ ਯਹੋਯਾ ਦਾ ਜਾਜਕ ਨੇ ਇੱਕ ਸੰਦੂਕ ਲਿਆ ਔਰ ਉਸਦੇ ਟਕਨੇ ਵਿੱਚ ਮੋਰੀ ਕੀਤੀ ਔਰ ਉਹਨੂੰ ਜਗਵੇਦੀ ਦੇ ਕੋਲ ਯੂੰ ਟਿਕਾਇਆ ਪਈ ਯਹੋਵਾ ਦੇ ਭਵਨ ਵਿੱਚ ਵੜਨ ਵਾਲੇ ਦੇ ਸੱਜੇ ਪਾਸੇ ਰਹੇ ਔਰ ਉਹ ਜਾਜਕ ਜੋ ਡੇਵੜੀ ਦੀ ਰਖਵਾਲੀ ਕਰਦੇ ਸਨ ਉਹ ਸਾਰਾ ਰੁਪਿਆ ਜੋ ਯਹੋਵਾ ਦੇ ਭਵਨ ਵਿੱਚ ਲਿਆਇਆ ਜਾਂਦਾ ਸੀ ਉਸ ਵਿੱਚ ਪਾ ਦਿੰਦੇ ਸਨ ਅਤੇ ਯੂੰ ਹੋਇਆ ਕਿ ਜਦ ਵੇਖਦੇ ਸਨ ਭਈ ਸੰਦੂਕ ਵਿੱਚ ਬਹੁਤ ਰੁਪਿਆ ਹੋ ਗਿਆ ਹੈ ਤਾਂ ਪਾਦਸ਼ਾਹ ਦਾ ਮੁਸਦੀ ਔਰ ਪ੍ਰਧਾਨ ਜਾਜਕ ਉੱਤੇ ਆ ਕੇ ਉਸ ਰੁਪਈਏ ਨੂੰ ਜਿਹੜੇ ਯਹੋਵਾ ਦੇ ਭਵਨ ਵਿੱਚ ਮਿਲਦਾ ਸੀ ਤੈਲਿਆਂ ਵਿੱਚ ਪਾ ਕੇ ਗਿਣ ਲੈਂਦੇ ਸਨ ਤਦ ਉਹ ਉਸ ਰੁਪਏ ਨੂੰ ਜੋ ਤੋਲਿਆ ਹੋਇਆ ਹੁੰਦਾ ਸੀ ਉਹਨਾਂ ਗਰਿੰਦਿਆਂ ਦੇ ਹੱਥ ਵਿੱਚ ਦੇ ਦਿੰਦੇ ਸਨ ਜੋ ਯਹੋਵਾ ਦੇ ਭਵਨ ਦੀ ਦੇਖਭਾਲ ਕਰਦੇ ਸਨ ਔਰ ਉਹ ਤਰਖਾਨਾਂ ਤੇ ਉਸਾਰੀ ਕਰਨ ਵਾਲਿਆਂ ਨੂੰ ਜੋ ਯਹੋਵਾ ਦੇ ਭਵਨ ਦਾ ਕੰਮ ਕਰਦੇ ਸਨ ਦੇ ਦਿੰਦੇ ਸਨ ਨਾਲੇ ਰਾਜਾ ਔਰ ਪੱਥਰ ਕੱਟਣ ਵਾਲਿਆਂ ਨੂੰ ਔਰ ਯਹੋਵਾ ਦੇ ਭਵਨ ਦੀ ਟੁੱਟ ਫੁੱਟ ਦੀ ਮੁਰਾਮਤ ਦੇ ਲਈ ਲੱਕੜ ਦੇ ਕੱਟੇ ਹੋਏ ਪੱਥਰ ਮੁੱਲ ਲੈਣ ਲਈ ਔਰ ਸਭ ਕੁਛ ਲਈ ਜੋ ਭਵਨ ਦੀ ਮੁਰੰਮਤ ਦੇ ਲਈ ਆਉਂਦਾ ਸੀ ਪਰ ਜੋ ਰੁਪਿਆ ਯਹੋਵਾ ਦੇ ਭਵਨ ਵਿੱਚ ਲਿਆਂਦਾ ਜਾਂਦਾ ਸੀ ਉਹਦੇ ਵਿੱਚੋਂ ਯਹੋਵਾ ਦੇ ਭਵਨ ਦੇ ਲਈ ਚਾਂਦੀ ਦੇ ਪਿਆਲਾ ਜਾਂ ਗੁਲਤਰਾਸ ਜਾਂ ਬਾਟਾ ਜਾਂ ਤੂਰੀਆਂ ਜਾਂ ਸੋਨੇ ਦੇ ਪਾਂਡੇ ਜਾਂ ਚਾਂਦੀ ਦੇ ਪਾਂਡੇ ਨਾ ਬਣਾਏ ਗਏ ਕਿਉਂ ਜੋ ਉਹ ਕਾਰੀਗਰਾਂ ਨੂੰ ਦਿੰਦੇ ਹੁੰਦੇ ਸਨ ਔਰ ਉਹਨਾਂ ਨੇ ਉਸੇ ਨਾਲ ਯਹੋਵਾ ਦੇ
ਪਵਨ ਦੀ ਮੁਰੰਮਤ ਕੀਤੀ ਅਤੇ ਜਿਨ੍ਹਾਂ ਆਦਮੀਆਂ ਦੇ ਹੱਥ ਵਿੱਚ ਉਹ ਕਰਿੰਦਿਆਂ ਨੂੰ ਦੇਣ ਲਈ ਰੁਪਿਆ ਦਿੰਦੇ ਸਨ ਉਹਨਾਂ ਕੋਲੋਂ ਲੇਖਾ ਨਹੀਂ ਲੈਂਦੇ ਸਨ ਕਿਉਂਕਿ ਉਹ ਦਿਆਨਤਦਾਰੀ ਨਾਲ ਕੰਮ ਕਰਦੇ ਸਨ। ਦੋਸ ਦੀਆਂ ਬਲੀਆਂ ਦਾ ਰੁਪਿਆ ਔਰ ਪਾਪ ਦੀਆਂ ਬਲੀਆਂ ਦਾ ਰੁਪਿਆ ਯਹੋਵਾ ਦੇ ਭਵਨ ਵਿੱਚ ਨਹੀਂ ਲਿਆਇਆ ਜਾਂਦਾ ਸੀ, ਉਹ ਜਾਜਕਾਂ ਦਾ ਹੁੰਦਾ ਸੀ। ਤਦ ਆਰਾਮ ਦੇ ਰਾਜਾ ਹਜ਼ਾਇਲ ਨੇ ਚੜਾਈ ਕੀਤੀ ਔਰ ਗਤ ਨਾਲ ਲੜ ਕੇ ਉਹਨੂੰ ਲੈ ਲਿਆ। ਤਦ ਹਜ਼ਾਇਲ ਨੇ ਯਰੂਸ਼ਲਿਮ ਵੱਲ ਮੂੰਹ ਮੋੜਿਆ, ਭਈ ਉਹਦੇ ਉੱਤੇ ਵੀ ਚੜਾਈ ਕਰੇ। ਇਸ ਲਈ ਯਹੂਦਾ ਦੇ ਪਾਦਸ਼ਾਹ ਯਹੋਯਾਸ ਨੇ ਸਾਰੀਆਂ ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਜਿਨ੍ਹਾਂ ਨੂੰ ਉਹਦੇ ਪਿਓ ਦਾਦੀਆਂ ਯਹੋਸਫਾਤ ਔਰ ਯਹੋਰਾਮ ਔਰ ਅਖਜ਼ੀਆ ਯਹੂਯਾਦਾ ਦੀਆਂ ਪਾਦਸ਼ਾਹ ਨੇ ਪਵਿੱਤਰ ਕੀਤਾ ਸੀ ਔਰ ਆਪਣੀਆਂ ਪਵਿੱਤਰ ਕੀਤੀਆਂ ਹੋਈਆਂ ਵਸਤੂਆਂ ਔਰ ਜਿੰਨਾ ਸੋਨਾ ਯਹੋਵਾ ਦੇ ਭਵਨ ਦੇ ਖਜ਼ਾਨਿਆਂ ਵਿੱਚ ਔਰ ਪਾਦਸ਼ਾਹ ਦੇ ਮਹਿਲ ਵਿੱਚ ਮਿਲਿਆ ਉਹ ਲੈ ਕੇ ਆਰਾਮ ਦੇ ਰਾਜਾ ਹਜ਼ਾਇਲ ਨੂੰ ਕੱਲ ਦਿੱਤਾ ਤਾਂ ਉਹ ਯਰੂਸ਼ਲੇਮ ਵੱਲੋਂ ਚੱਲਿਆ ਗਿਆ। ਯੋਯਾਸ ਦੀ ਬਾਕੀ ਵਾਰਤਾ ਔਰ ਉਹ ਸਭ ਕੁਛ ਜੋ ਉਸਨੇ ਕੀਤਾ ਕਿ ਉਹ ਯਹੂਦਾ ਦੇ ਪਾਦਸ਼ਾਹ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ। ਫਿਰ ਉਸਦੇ ਪਹਿਲਵਾਨ ਨੇ ਉੱਠ ਕੇ ਮੱਤਾ ਪਕਾਇਆ ਔਰ ਯੋਯਾਸ ਨੂੰ ਮਿਲੋ ਦੇ ਘਰ ਵਿੱਚ ਜੋ ਸਿੱਲਾ ਦੀ ਟਾਲ ਉੱਤੇ ਹੈ ਮਾਰ ਛੱਡਿਆ। ਅਰਥਾਤ ਉਸਦੇ ਟਹਿਲਵਾਂ ਸਿਮਾਥ ਦੇ ਪੁੱਤਰ ਯੋਜਾਖਾਰ ਔਰ ਸੋਮੇਰ ਦੇ ਪੁੱਤਰ ਯੋਹਸਫਾਤ ਨੇ ਉਸ ਨੂੰ ਯੂੰ ਮਾਰਿਆ ਕਿ ਉਹ ਮਰ ਗਿਆ ਅਤੇ ਉਹ ਆਪਣੇ ਪਿਓ ਦਾਦਿਆਂ ਨਾਲ ਦਾਊ ਦੇ ਸ਼ਹਿਰ ਵਿੱਚ ਦੱਬਿਆ ਗਿਆ ਔਰ ਉਸਦਾ ਪੁੱਤਰ ਅਮਸੀਆ ਉਸਦੇ ਥਾਂ ਰਾਜ ਕਰਨ ਲੱਗਾ। ਯੂਹੰਨਾ ਦੀ ਇੰਜੀਲ ਅਧਿਆਇ 8। ਫਿਰ ਹਰੇਕ ਆਪੋ ਆਪਣੇ ਘਰ ਗਿਆ ਪਰ ਯੇਸੂ ਜੈਤੂਨ ਦੇ ਪਹਾੜ ਨੂੰ ਸਿਧਾਰਿਆ ਅਤੇ ਸਵੇਰ ਨੂੰ ਉਹ ਹੇਕਲ ਵਿੱਚ ਫਿਰ ਆਇਆ ਅਤੇ ਸਭ ਲੋਕ ਉਹਦੇ ਕੋਲ ਆਏ ਔਰ ਉਹ ਬੈਠ ਕੇ ਉਹਨਾਂ ਨੂੰ ਉਪਦੇਸ਼ ਦੇਣ ਲੱਗਾ। ਤਾਂ ਗ੍ਰੰਥੀ ਔਰ ਫਰੀਸੀ ਇੱਕ ਤੀਵੀ ਨੂੰ ਲਿਆਏ ਜਿਹੜੀ ਜ਼ਨਾ ਵਿੱਚ ਫੜੀ ਗਈ ਸੀ ਅਤੇ ਉਸਨੂੰ ਵਿਚਕਾਰ ਕੜੀ ਕਰਕੇ ਉਹਨੂੰ ਕਿਹਾ, ਗੁਰੂ ਜੀ ਇਹ ਤੀਵੀ ਜ਼ਨਾ ਦੇ ਵੇਲੇ ਫੜੀ ਗਈ ਹੈ ਅਤੇ ਮੂਸਾ ਨੇ ਤੁਰੇਤ ਵਿੱਚ ਸਾਨੂੰ ਹੁਕਮ ਦਿੱਤਾ ਹੈ ਕਿ ਜੋ ਇਹੋ ਜਿਹੀਆਂ ਨੂੰ ਪੱਥਰਾਂ ਨਾਲ ਮਾਰ ਸੁੱਟੋ ਫਿਰ ਤੂੰ ਇਹਦੇ ਹੱਕ ਵਿੱਚ ਕੀ ਆਖਦਾ ਹੈ। ਪਰ ਉਹਨਾਂ ਨੇ ਉਹਦੇ ਪਰਤਾਉਣ ਲਈ ਇਹ ਗੱਲ ਕਹੀ ਸੀ ਭਈ ਉਸ ਉੱਤੇ ਓਜ ਲਾਉਣ ਦਾ ਮੌਕਾ ਮਿਲੇ। ਤਾਂ ਯੇਸੂ ਕਿਟਾਹਾ ਨਿਊ ਕੇ ਉਂਗਲ ਨਾਲ ਧਰਤੀ ਉੱਤੇ ਲਿਖਣ ਲੱਗਾ ਜਾਂ ਉਹ ਉਸ ਤੋਂ ਪੁੱਛੀ ਗਏ ਤਾਂ ਉਹਨੇ ਸਿੱਧੇ ਹੋ ਕੇ ਉਹਨਾਂ ਨੂੰ ਆਖਿਆ, ਜਿਹੜਾ ਤੁਹਾਡੇ ਵਿੱਚੋਂ ਨਿਰਦੋਖ ਹੋਵੇ
ਉਹ ਪਹਿਲਾਂ ਉਸ ਨੂੰ ਪੱਤਰ ਮਾਰੇ, ਫਿਰ ਹਿਟਾਹਾ ਨਿਓਕੇ ਉਂਗਲ ਨਾਲ ਧਰਤੀ ਉੱਤੇ ਲਿਖਣ ਲੱਗਾ। ਇਹ ਸੁਣ ਕੇ ਉਹ ਵੱਡੀਆਂ ਤੋਂ ਲੈ ਕੇ ਛੋਟੀਆਂ ਤੀਕ ਇੱਕ ਇੱਕ ਕਰਕੇ ਨਿਕਲ ਗਏ ਅਤੇ ਯੇਸੂ ਇਕੱਲਾ ਰਹਿ ਗਿਆ ਅਤੇ ਉਹ ਤੀਵੀ ਵਿਚਕਾਰ ਖੜੀ ਰਹੀ। ਤਾਂ ਯੇਸੂ ਨੇ ਸਿੱਧੇ ਹੋ ਕੇ ਉਹਨੂੰ ਆਖਿਆ, ਹੇ ਤ੍ਰੀਮਤ, ਉਹ ਕਿੱਥੇ ਹਨ? ਕਿਸੇ ਨੇ ਤੇਰੇ ਉੱਤੇ ਸਜ਼ਾ ਦਾ ਹੁਕਮ ਨਾ ਦਿੱਤਾ? ਉਹ ਬੋਲੀ, ਪ੍ਰਭੂ ਜੀ, ਕਿਸੇ ਨੇ ਵੀ ਨਹੀਂ। ਤਾਂ ਯੇਸੂ ਨੇ ਕਿਹਾ, ਮੈਂ ਵੀ ਨਹੀਂ ਦਿੰਦਾ, ਜਾ ਇਦੋਂ ਅੱਗੇ ਫਿਰ ਪਾਪ ਨਾ ਕਰੀ। ਉਪਰੰਤ ਯੇਸੂ ਨੇ ਫਿਰ ਉਹਨਾਂ ਨੂੰ ਆਖਿਆ ਕਿ ਜਗਤ ਦਾ ਚਾਨਣ ਮੇਹਾ ਜਿਹੜਾ ਮੇਰੇ ਪਿੱਛੇ ਤੁਰਦਾ ਹੈ ਅਨੇਰੇ ਵਿੱਚ ਕਦੇ ਨਾ ਚੱਲੇਗਾ, ਸਗੋਂ ਉਹਦੇ ਕੋਲ ਜੀਵਨ ਦਾ ਚਾਨਣ ਹੋਵੇਗਾ। ਇਸ ਲਈ ਫਰੀਸੀਆਂ ਨੇ ਉਹਨੂੰ ਕਿਹਾ, ਤੂੰ ਆਪਣੇ ਉੱਤੇ ਆਪੇ ਸਾਕੀ ਦਿੰਦਾ ਹੈ, ਤੇਰੇ ਸਾਕੀ ਸੱਚੀ ਨਹੀਂ। ਯੇਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਭਾਵੇਂ ਮੈਂ ਆਪਣੇ ਉੱਤੇ ਆਪੇ ਸਾਕੀ ਦਿੰਦਾ ਹਾਂ, ਤਾਂ ਵੀ ਮੇਰੀ ਸਾਕੀ ਸੱਚੀ ਹੈ, ਕਿਉਂ ਜੋ ਮੈਂ ਜਾਣਦਾ ਹਾਂ ਭਈ ਮੈਂ ਕਿਧਰੋਂ ਆਇਆ ਹਾਂ ਅਤੇ ਕਿਧਰ ਨੂੰ ਜਾਣਦਾ ਹਾਂ, ਪਰ ਤੁਸੀਂ ਨਹੀਂ ਜਾਣਦੇ ਭਈ ਮੈਂ ਕਿਧਰੋਂ ਆਉਂਦਾ ਅਤੇ ਕਿਧਰ ਨੂੰ ਜਾਂਦਾ ਹਾਂ। ਤੁਸੀਂ ਸਰੀਰ ਦੇ ਅਨੁਸਾਰ ਨਿਆਂ ਕਰਦੇ ਹੋ, ਮੈਂ ਕਿਸੇ ਦਾ ਨਿਆਂ ਨਹੀਂ ਕਰਦਾ, ਪਰ ਜੇ ਮੈਂ ਨਿਆਂ ਕਰਾਂ ਤਾਂ ਵੀ ਮੇਰਾ ਨਿਆਂ ਸੱਚਾ ਹੈ, ਕਿਉਂ ਜੋ ਮੈਂ ਇਕੱਲਾ ਨਹੀਂ ਹਾਂ, ਪਰ ਮੈਂ ਅਤੇ ਮੇਰਾ ਕੱਲਣ ਵਾਲਾ ਤੁਹਾਡੀ ਸਿਰਾ ਵਿੱਚ ਇਹ ਲਿਖਿਆ ਹੋਇਆ ਹੈ ਕਿ ਦੋ ਮਨਕਾਂ ਦੀ ਸਾਕੀ ਸੱਚੀ ਹੁੰਦੀ ਹੈ। ਇੱਕ ਤਾਂ ਮੈਂ ਹਾਂ ਜੋ ਆਪਣੇ ਉੱਤੇ ਸਾਕੀ ਦਿੰਦਾ ਹਾਂ ਅਤੇ ਇੱਕ ਮੇਰਾ ਪਿਤਾ ਜਿਹਨੂੰ ਮੈਨੂੰ ਕੱਲਿਆ ਮੇਰੇ ਉੱਤੇ ਸਾਕੀ ਦਿੰਦਾ ਹੈ। ਤਾਂ ਉਹਨਾਂ ਉਸ ਨੂੰ ਆਖਿਆ, ਕਿੱਥੇ ਹੈ ਤੇਰਾ ਪਿਤਾ? ਯੇਸੂ ਨੇ ਉੱਤਰ ਦਿੱਤਾ, ਤੁਸੀਂ ਨਾ ਮੈਨੂੰ ਜਾਣਦੇ ਹੋ ਨਾ ਮੇਰੇ ਪਿਤਾ ਨੂੰ। ਜੇ ਤੁਸੀਂ ਮੈਨੂੰ ਜਾਣਦੇ ਤਾਂ ਮੇਰੇ ਪਿਤਾ ਨੂੰ ਵੀ ਜਾਣਦੇ। ਉਹਨੇ ਹੇਕਲ ਦੇ ਵਿੱਚ ਉਪਦੇਸ਼ ਕਰਦੇ ਹੋਏ ਇਹ ਗੱਲਾਂ ਖਜ਼ਾਨੇ ਦੇ ਅੰਦਰ ਆਖੀਆਂ, ਔਰ ਕਿਸੇ ਨੇ ਉਹਨੂੰ ਨਾ ਫੜਿਆ, ਕਿਉਂ ਜੋ ਉਹਦਾ ਵੇਲਾ ਅਜੇ ਨਹੀਂ ਸੀ ਆਇਆ। ਉਸਨੇ ਫਿਰ ਉਹਨਾਂ ਨੂੰ ਆਖਿਆ, ਮੈਂ ਤਾਂ ਚੱਲਿਆ ਜਾਂਦਾ ਹਾਂ ਔਰ ਤੁਸੀਂ ਮੈਨੂੰ ਪਾਲੋਗੇ ਅਤੇ ਆਪਣੇ ਪਾਪ ਵਿੱਚ ਮਰੋਗੇ। ਜਿੱਥੇ ਮੈਂ ਜਾਂਦਾ ਹਾਂ ਤੁਸੀਂ ਨਹੀਂ ਆ ਸਕਦੇ। ਉਪਰੰਤ ਯਹੂਦੀਆਂ ਨੇ ਕਿਹਾ, ਭਲਾ ਉਹ ਆਪਣਾ ਕਾਤ ਕਰੋ, ਉਹ ਜੋ ਆਖਦਾ ਹੈ ਭਈ ਜਿੱਥੇ ਮੈਂ ਜਾਂਦਾ ਹਾਂ ਤੁਸੀਂ ਨਹੀਂ ਆ ਸਕਦੇ ਹੋ। ਉਸਨੇ ਉਹਨਾਂ ਨੂੰ ਆਖਿਆ, ਤੁਸੀਂ ਹੇਟੋਂਦੇ ਹੋ, ਮੈਂ ਉੱਥੋਂ ਦਾ ਹਾਂ। ਤੁਸੀਂ ਇਸ ਜਗਤ ਤੋਂ ਹੋ, ਮੈਂ ਇਸ ਜਗਤ ਤੋਂ ਨਹੀਂ ਹਾਂ। ਇਸ ਲਈ ਮੈਂ ਤੁਹਾਨੂੰ ਆਖਿਆ ਜੋ ਤੁਸੀਂ ਆਪਣੇ ਪਾਪਾਂ ਵਿੱਚ ਮਰੋਗੇ, ਕਿਉਂਕਿ ਜੇ ਤੁਸੀਂ ਪ੍ਰਤੀਤ ਨਾ ਕਰੋ ਕਿ ਮੈਂ ਉਹ ਹਾਂ ਤਾਂ ਆਪਣੇ ਪਾਪਾਂ ਵਿੱਚ ਮਰੋਗੇ। ਤਾਂ ਉਹਨਾਂ ਨੇ ਉਸ ਨੂੰ ਕਿਹਾ, ਤੂੰ ਹੈ ਕੌਣ? ਯੇਸੂ ਨੇ ਉਹਨਾਂ ਨੂੰ ਆਖਿਆ, ਮੈਂ ਉਹ ਹਾਂ ਜੋ ਮੁੱਢੋਂ ਤੁਹਾਨੂੰ ਦੱਸਦਾ ਆਇਆ। ਤੁਹਾਡੇ ਹੱਕ ਵਿੱਚ ਮੈਂ ਬਹੁਤ ਕੁਛ ਕਹਿਣਾ ਅਤੇ ਨਿਆਂ ਕਰਨਾ ਹੈ, ਪਰ ਜਿਨ ਮੈਨੂੰ ਕੱਲਿਆ ਉਹ ਸੱਚਾ ਹੈ ਅਤੇ ਜਿਹੜੀਆਂ ਗੱਲਾਂ ਮੈਂ ਉਸ ਕੋਲੋਂ ਸੁਣੀਆਂ ਸੋਹੀ ਜਗਤ ਨੂੰ ਕਹਿੰਦਾ ਹਾਂ, ਉਹ ਨਾ ਸਮਝੇ ਜੋ ਉਹ ਸਾਨੂੰ ਪਿਤਾ ਦੇ ਵਿੱਚ
ਕੇ ਆਖਦਾ ਹੈ। ਤਾਂ ਯੇਸੂ ਨੇ ਆਖਿਆ ਕਿ ਜਾਂ ਤੁਸੀਂ ਮਨੁੱਖ ਦੇ ਪੁੱਤਰ ਨੂੰ ਉੱਚਾ ਕਰੋਗੇ ਤਾਂ ਜਾਣੋਗੇ ਭਈ ਮੈਂ ਉਹ ਹਾਂ, ਅਤੇ ਇਹ ਜੋ ਮੈਂ ਆਪਣੇ ਵੱਲੋਂ ਕੁਛ ਨਹੀਂ ਕਰਦਾ ਪਰ ਜਿੰਦਾ ਪਿਤਾ ਨੇ ਮੈਨੂੰ ਸਿਖਾ ਲਿਆ ਹੈ, ਉੱਦਾਂ ਹੀ ਮੈਂ ਇਹ ਗੱਲਾਂ ਆਖਦਾ ਹਾਂ। ਔਰ ਜਿਹਨੂੰ ਮੈਨੂੰ ਕੱਲਿਆ ਉਹ ਮੇਰੇ ਸੰਗ ਹੈ, ਉਸਨੇ ਮੈਨੂੰ ਇਕੱਲਾ ਨਹੀਂ ਛੱਡਿਆ, ਕਿਉਂ ਜੋ ਮੈਂ ਸਦਾ ਉਹ ਕੰਮ ਕਰਦਾ ਹਾਂ ਜਿਹੜੇ ਉਸਨੂੰ ਪਾਉਂਦੇ ਹਨ। ਉਹਦੇ ਇਹ ਗੱਲਾਂ ਆਖਦੀਆਂ ਬਹੁਤਿਆਂ ਨੇ ਉਹਦੇ ਉੱਤੇ ਨੇਚਾ ਕੀਤੀ। ਤਾਂ ਯੇਸੂ ਨੇ ਉਹਨਾਂ ਯਹੂਦੀਆਂ ਨੂੰ ਜਿਨ੍ਹਾਂ ਉਹਦੀ ਪ੍ਰਤੀਤ ਕੀਤੀ ਸੀ ਆਖਿਆ, ਜੋ ਤੁਸੀਂ ਮੇਰੇ ਵਚਨ ਤੇ ਖਲੋਤੇ ਰਹੋ ਤਾਂ ਠੀਕ ਤੁਸੀਂ ਮੇਰੇ ਚੇਲੇ ਹੋ, ਔਰ ਸੱਚਾਈ ਨੂੰ ਜਾਣੋਗੇ ਅਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ। ਉਹਨਾਂ ਉੱਤਰ ਦਿੱਤਾ ਕਿ ਅਸੀਂ ਅਬਰਾਹਮ ਦੇ ਅੰਸ਼ ਹਾਂਗੇ ਔਰ ਕਦੇ ਕਿਸੇ ਦੇ ਗੁਲਾਮੀ ਵਿੱਚ ਨਹੀਂ ਰਹੇ, ਤੂੰ ਕਿੱਕਰ ਆਖਦਾ ਹੈ ਜੋ ਤੁਸੀਂ ਆਜ਼ਾਦ ਕੀਤੇ ਜਾਓਗੇ? ਯੇਸੂ ਨੇ ਉਹਨਾਂ ਨੂੰ ਉੱਤਰ ਦਿੱਤਾ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਹਰੇਕ ਜੋ ਪਾਪ ਕਰਦਾ ਹੈ ਸੋ ਪਾਪ ਦਾ ਗੁਲਾਮ ਹੈ, ਅਤੇ ਗੁਲਾਮ ਸਦਾ ਘਰ ਵਿੱਚ ਨਹੀਂ ਰਹਿੰਦਾ, ਪੁੱਤਰ ਸਦਾ ਰਹਿੰਦਾ ਹੈ। ਇਸ ਲਈ ਜੇ ਪੁੱਤਰ ਤੁਹਾਨੂੰ ਆਜ਼ਾਦ ਕਰੇ ਤਾਂ ਠੀਕ ਤੁਸੀਂ ਆਜ਼ਾਦ ਹੋਵੋਗੇ। ਮੈਂ ਜਾਣਦਾ ਹਾਂ ਜੋ ਤੁਸੀਂ ਅਬਰਾਹਮ ਦੀ ਅੰਸ਼ ਹੋ, ਪਰ ਤੁਸੀਂ ਮੇਰੇ ਮਾਰ ਸੁੱਟਣ ਦੇ ਮਗਰ ਪਏ ਹੋ, ਇਸ ਲਈ ਜੋ ਤੁਹਾਡੇ ਵਿੱਚ ਮੇਰੇ ਵਚਨ ਲਈ ਤਾਂ ਨਹੀਂ ਹੈ। ਮੈਂ ਜੋ ਕੁਛ ਆਪਣੇ ਪਿਤਾ ਦੇ ਕੋਲ ਵੇਖਿਆ ਹੈ ਸੋ ਹੀ ਕਹਿੰਦਾ ਹਾਂ, ਫਿਰ ਤੁਸਾਂ ਵੀ ਜੋ ਕੁਛ ਆਪਣੇ ਪਿਓ ਦੇ ਕੋਲੋਂ ਸੁਣਿਆ ਹੈ ਸੋ ਕਰਦੇ ਹੋ। ਉਹਨਾਂ ਨੇ ਉਸ ਨੂੰ ਉੱਤਰ ਦਿੱਤਾ, ਸਾਡਾ ਪਿਤਾ ਅਬਰਾਹਮ ਹੈ। ਯੇਸੂ ਨੇ ਉਹਨਾਂ ਨੂੰ ਆਖਿਆ, ਜੇ ਤੁਸੀਂ ਅਬਰਾਹਮ ਦੀ ਔਲਾਦ ਹੁੰਦੇ ਤਾਂ ਅਬਰਾਹਮ ਜਿਹੇ ਕੰਮ ਕਰਦੇ, ਪਰ ਹੁਣ ਤੁਸੀਂ ਮੇਰੇ ਮਾਰ ਸੁੱਟਣ ਦੇ ਮਗਰ ਪਏ ਹੋ। ਜੋ ਇਹਾ ਜਿਹਾ ਮਨੁੱਖ ਹਾਂ ਜਿਹਨੂੰ ਤੁਹਾਨੂੰ ਉਹ ਸੱਚੀ ਗੱਲ ਦੱਸੀ ਹੈ ਜਿਹੜੀ ਮੈਂ ਪਰਮੇਸ਼ਵਰ ਕੋਲੋਂ ਸੁਣੀ, ਇਹ ਤਾਂ ਅਬਰਾਹਮ ਨੇ ਨਹੀਂ ਕੀਤਾ, ਤੁਸੀਂ ਆਪਣੇ ਪਿਓ ਜਿਹੇ ਕੰਮ ਕਰਦੇ ਹੋ। ਉਹਨਾਂ ਨੇ ਉਸ ਨੂੰ ਆਖਿਆ, ਅਸੀਂ ਹਰਾਮ ਦੇ ਨਹੀਂ ਹਾਂ, ਸਾਡਾ ਪਿਤਾ ਇੱਕ ਉਹ ਪਰਮੇਸ਼ਰ ਹੈ। ਇਸ ਨੇ ਉਹਨਾਂ ਨੂੰ ਆਖਿਆ, ਜੇ ਪਰਮੇਸ਼ਰ ਤੁਹਾਡਾ ਪਿਤਾ ਹੁੰਦਾ ਤਾਂ ਤੁਸੀਂ ਮੈਨੂੰ ਪਿਆਰ ਕਰਦੇ, ਇਸ ਲਈ ਜੋ ਮੈਂ ਪਰਮੇਸ਼ਰ ਤੋਂ ਨਿਕਲਿਆ ਅਤੇ ਆਇਆ ਹਾਂ, ਕਿਉਂਕਿ ਮੈਂ ਆਪ ਤੋਂ ਆਪ ਨਹੀਂ ਆਇਆ ਪਰ ਉਹਨੇ ਮੈਨੂੰ ਕੱਲਿਆ, ਤੁਸੀਂ ਮੇਰੇ ਬੋਲ ਕਿਉਂ ਨਹੀਂ ਸਮਝਦੇ? ਇਸੇ ਲਈ ਜੋ ਮੇਰਾ ਵਚਨ ਸੁਣ ਨਹੀਂ ਸਕਦੇ। ਤੁਸੀਂ ਆਪਣੇ ਪਿਓ ਸੰਤਾਨ ਤੋਂ ਹੋ ਔਰ ਆਪਣੇ ਪਿਓ ਦੀਆਂ ਕਾਮਨਾ ਦੇ ਅਨੁਸਾਰ ਕਰਨਾ ਚਾਹੁੰਦੇ ਹੋ। ਉਹ ਤਾਂ ਮੁੱਢੋਂ ਮਨੁੱਖ ਘਾਤਕ ਸੀ ਅਤੇ ਸੱਚਾਈ ਉੱਤੇ ਟਿਕਿਆ ਨਾ ਰਿਹਾ, ਕਿਉਂਕਿ ਉਸ ਵਿੱਚ ਸੱਚਾਈ ਹੈ ਹੀ ਨਹੀਂ। ਜਦ ਉਹ ਝੂਠ ਬੋਲਦਾ ਹੈ ਤਾਂ ਉਹ ਆਪਣੀਆਂ ਹੀ ਹੱਕਦਾ ਹੈ, ਕਿਉਂਕਿ ਉਹ ਝੂਠ ਹੈ ਅਤੇ ਝੂਠਾ ਦਾ ਪੱਧਰ ਹੈ। ਪਰ ਇਸ ਕਾਰਨ ਜੋ ਮੈਂ ਸੱਤ ਆਖਦਾ ਹਾਂ ਤੁਸੀਂ ਮੇਰੀ ਪ੍ਰਤੀਤ ਨਹੀਂ ਕਰਦੇ ਹੋ। ਕੌਣ ਤੁਹਾਡੇ ਵਿੱਚੋਂ ਮੇਰੇ ਉੱਤੇ ਗੁਨਾਹ ਸਾਬਤ ਕਰਦਾ ਹੈ? ਜੇ
ਮੈਂ ਸੱਤ ਆਖਦਾ ਹਾਂ ਤਾਂ ਤੁਸੀਂ ਕਿਉਂ ਮੇਰੀ ਪ੍ਰਤੀਤ ਨਹੀਂ ਕਰਦੇ ਹੋ? ਜੋ ਪਰਮੇਸ਼ਰ ਤੋਂ ਹੈ ਸੋ ਪਰਮੇਸ਼ਰ ਦੇ ਵਚਨ ਸੁਣਦਾ ਹੈ। ਤੁਸੀਂ ਇਸੇ ਕਾਰਨ ਨਹੀਂ ਸੁਣਦੇ ਹੋ ਜੋ ਤੁਸੀਂ ਪਰਮੇਸ਼ਰ ਤੋਂ ਨਹੀਂ ਹੋ। ਯਹੂਦੀਆਂ ਨੇ ਓਹਨੂੰ ਉੱਤਰ ਦਿੱਤਾ ਕਿ ਅਸੀਂ ਠੀਕ ਨਹੀਂ ਕਹਿੰਦੇ, ਜੋ ਤੂੰ ਸਾਮਰੀ ਹੈ ਅਤੇ ਤੈਨੂੰ ਇੱਕ ਪੂਤ ਚਿੰਬੜਿਆ ਹੋਇਆ ਹੈਗਾ। ਯੇਸੂ ਨੇ ਉੱਤਰ ਦਿੱਤਾ, ਮੈਨੂੰ ਪੂਤ ਨਹੀਂ ਚਿੰਬੜਿਆ ਹੋਇਆ ਹੈ, ਪਰ ਮੈਂ ਆਪਣੇ ਪਿਤਾ ਦਾ ਆਦਰ ਕਰਦਾ ਹਾਂ ਅਤੇ ਤੁਸੀਂ ਮੇਰਾ ਨਿਰਾਦਰ ਕਰਦੇ ਹੋ, ਪਰ ਮੈਂ ਆਪਣੀ ਵਡਿਆਈ ਨਹੀਂ ਪਾਲਦਾ। ਇੱਕ ਹੈ ਜੋ ਪਾਲਦਾ ਅਤੇ ਨਿਆਂ ਕਰਦਾ ਹੈ। ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ ਕਿ ਜੇ ਕੋਈ ਮੇਰੇ ਵਚਨ ਦੀ ਪਾਲਣਾ ਕਰੇ ਤਾਂ ਉਹ ਮੁੱਲੋਂ ਕਦੇ ਮੌਤ ਨਾ ਵੇਖੇਗਾ। ਯਹੂਦੀਆਂ ਨੇ ਉਹਨੂੰ ਆਖਿਆ, ਹੁਣ ਅਸੀਂ ਜਾਣ ਗਏ ਜੋ ਤੈਨੂੰ ਇੱਕ ਪੁੱਤ ਚਿੰਬੜਿਆ ਹੋਇਆ ਹੈ, ਅਬਰਾਹਮ ਮਰ ਗਿਆ ਨਾਲੇ ਨਬੀ ਵੀ, ਅਤੇ ਤੂੰ ਆਖਦਾ ਹੈ ਭਈ ਜੇ ਕੋਈ ਮੇਰੇ ਵਚਨ ਦੀ ਪਾਲਣਾ ਕਰੇ ਤਾਂ ਉਹ ਮੌਤ ਦਾ ਸਵਾਦ ਮੁੱਲੋਂ ਕਦੇ ਨਾ ਚੱਕੂ। ਭਲਾ ਤੂੰ ਸਾਡੇ ਪਿਤਾ ਅਬਰਾਹਮ ਨਾਲੋਂ ਜੋ ਮਰ ਗਿਆ ਵੱਡਾ ਹੈ, ਨਾਲੇ ਨਬੀ ਵੀ ਮਰ ਗਏ, ਤੂੰ ਆਪ ਨੂੰ ਕੀ ਬਣਾਉਂਦਾ ਹੈ? ਯੇਸੂ ਨੇ ਉੱਤਰ ਦਿੱਤਾ, ਜੇ ਮੈਂ ਆਪਣੀ ਵਡਿਆਈ ਕਰਾਂ ਤਾਂ ਮੇਰੀ ਵਡਿਆਈ ਕੁਛ ਨਹੀਂ ਹੈ, ਜੋ ਮੇਰੀ ਵਡਿਆਈ ਕਰਦਾ ਹੈ ਸੋ ਮੇਰਾ ਪਿਤਾ ਹੈ, ਜਿਹਨੂੰ ਤੁਸੀਂ ਆਖਦੇ ਹੋ, ਜੋ ਉਹ ਤੁਹਾਡਾ ਪਰਮੇਸ਼ਰ ਹੈ, ਅਤੇ ਤੁਸਾਂ ਉਹਨੂੰ ਨਹੀਂ ਜਾਤਾ, ਪਰ ਮੈਂ ਉਹਨੂੰ ਜਾਣਦਾ ਹਾਂ। ਅਰ ਜੇ ਮੈਂ ਆਖਾਂ ਭਈ ਮੈਂ ਉਹਨੂੰ ਨਹੀਂ ਜਾਣਦਾ ਤਾਂ ਤੁਹਾਡੇ ਵਾਂਗ ਝੂਟਾ ਹੋਵਾਂਗਾ, ਪਰ ਮੈਂ ਉਹਨੂੰ ਜਾਣਦਾ ਹਾਂ ਔਰ ਉਹਦੇ ਵਚਨ ਦੀ ਪਾਲਣਾ ਕਰਦਾ ਹਾਂ। ਤੁਹਾਡਾ ਪਿਤਾ ਅਬਰਾਹਮ ਮੇਰੇ ਦਿਨ ਦੇਖਣ ਨੂੰ ਆਨੰਦ ਸੀ ਔਰ ਉਸਨੇ ਵੇਖਿਆ ਅਤੇ ਪ੍ਰਸੰਨ ਹੋਇਆ। ਤਾਂ ਯਹੂਦੀਆਂ ਨੇ ਉਹਨੂੰ ਆਖਿਆ, ਤੇਰੀ ਉਮਰ ਤਾਂ ਅਜੇ 50 ਵਰ੍ਹਿਆਂ ਦੀ ਨਹੀਂ ਅਤੇ ਤੈਂ ਅਬਰਾਹਮ ਨੂੰ ਵੇਖਿਆ ਹੈ? ਯੇਸੂ ਨੇ ਉਹਨਾਂ ਨੂੰ ਕਿਹਾ, ਮੈਂ ਤੁਹਾਨੂੰ ਸੱਚ ਸੱਚ ਆਖਦਾ ਹਾਂ, ਜੋ ਅਬਰਾਹਮ ਦੇ ਹੋਣ ਤੋਂ ਪਹਿਲਾਂ ਮੈਂ ਹਾਂ। ਉਪਰੰਤ ਉਹਨਾਂ ਉਸਦੇ ਮਾਰਨ ਨੂੰ ਪੱਤਰ ਚੁੱਕੇ, ਪਰ ਯੇਸੂ ਨੇ ਆਪਣੀ ਤਾਈ ਲੁਕੋਇਆ ਅਤੇ ਹੈਕਲੋਂ ਬਾਹਰ ਚੱਲਿਆ ਗਿਆ। ਆਮੀਨ। ਸਭਨਾਂ ਨੂੰ ਪਿਆਰ ਭਰੀ ਜੈ ਮਸੀਹ। ਅੱਜ ਜੋ ਆਪਾਂ ਵਚਨ ਪੜ੍ਹਿਆ ਸੀ ਉਸ ਵਿੱਚੋਂ ਕੁਝ ਗੱਲਾਂ ਨੂੰ ਧਿਆਨ ਕਰਾਂਗੇ। ਕੁਝ ਦੀ ਕਿਤਾਬ ਅਧਿਆਇ 37 ਦੇ ਵਿੱਚ ਬਸਲੇਲ ਜੋ ਪਰਮੇਸ਼ਵਰ ਤੋਂ ਗਿਆਨ ਅਤੇ ਬੁੱਧੀ ਨੂੰ ਪਾਇਆ ਸੀ, ਉਹ ਮੂਸਾ ਦੇ ਅਗਵਾਈ ਹੇਠ ਪਰਮੇਸ਼ਵਰ ਦੇ ਪਵਿੱਤਰ ਡੇਰੇ ਦੇ ਹਰੇਕ ਸਾਮਾਨ ਨੂੰ ਚੰਗੀ ਤਰ੍ਹਾਂ ਬਣਾਉਂਦਾ ਹੋਇਆ ਵੇਖਦੇ ਹਾਂ। ਪਹਿਲਾ ਰਾਜਿਆਂ ਦੀ ਪੋਥੀ ਅਧਿਆਇ 11 ਦੇ ਵਿੱਚ ਵੇਖਦੇ ਹਾਂ, ਅਤਾਲਿਆ ਜੋ ਆਪਣੇ ਪੁੱਤਰ ਮਰਨ ਦੇ ਕਾਰਨ ਸਾਰੇ ਰਾਜ ਵੰਸ਼ ਨੂੰ ਨਾਸ ਕਰਦੀ ਹੈ। ਉਦੋਂ ਯਹੋਸ਼ਬਾ ਨਾਮ ਦੇ ਇੱਕ ਅਗਸਿਆ ਦੀ ਭੈਣ ਯਹੋਆਯਾਜ ਨੂੰ ਅਤਾਲਿਆ ਤੋਂ ਲਿਖਾਉਂਦੀ ਹੈ ਅਤੇ ਜਾਜਕ ਯਹੋਯਾਦਾ ਯਹੋਆਹਾਜ ਦੇ 7ਵੇਂ ਵਰੇ ਉਹਨੂੰ ਯਹੂਦੀਆਂ ਉੱਤੇ ਰਾਜਾ ਬਣਾਉਂਦਾ। ਜਦ ਇਹ ਰਾਜਾ ਬਣਾਉਣ ਦਾ ਰੋਲਾ ਟੱਪਾ ਅਤਾਲਿਆ ਸੁਣੀ, ਉਹ ਪਵਿੱਤਰ ਹੇਕਲ ਦੇ ਵਿੱਚ ਭੱਜ ਕੇ ਆਉਂਦੀ ਹੈ। ਉਦੋਂ ਜਾਜਕ ਉਹਨੂੰ ਪਵਿੱਤਰ ਹੇਕਲ ਦੀ ਬਾਹਰੋਂ ਮਰਵਾ ਰਿਹਾ। ਇਸ ਤੋਂ ਬਾਅਦ ਅਧਿਆਇ 12 ਦੇ ਵਿੱਚ ਵੇਖਦੇ ਹਾਂ, ਯਹੋਆਯਾਜ
ਜਾਜਕ ਦੇ ਅਗਵਾਈ ਹੇਠ ਯਹੂਦੀਆਂ ਨੂੰ ਚੰਗੀ ਤਰ੍ਹਾਂ ਰਾਜ ਕਰਦਾ, ਨਾਲੇ ਪਵਿੱਤਰ ਹੇਕਲ ਦੀ ਮੁਰਾਮਤ ਵੀ ਕਰਦਾ। ਉਦੋਂ ਸਾਰੇ ਲੋਕ ਪਵਿੱਤਰ ਹੇਕਲ ਦੀ ਮੁਰਾਮਤ ਲਈ ਦਾਨ ਵਧਿਕ ਹੀ ਦਿੰਦੇ। ਇਸ ਕਾਰਨ ਪਵਿੱਤਰ ਹੇਕਲ ਦੀ ਮੁਰਾਮਤ ਦਾ ਕੰਮ ਬਹੁਤ ਚੰਗੀ ਤਰ੍ਹਾਂ ਹੋ ਰਿਹਾ ਅਤੇ ਉਸ ਦਾਨ ਨੂੰ ਇਕੱਠੇ ਕਰਨ ਵਾਲੇ ਬੰਦੇ ਵੀ ਵਫਾਦਾਰੀ ਨਾਲ ਇਕੱਠਾ ਕਰਕੇ ਉਹਨੂੰ ਪਰਮੇਸ਼ਰ ਦੇ ਕੰਮ ਲਈ ਇਸਤੇਮਾਲ ਕਰਦੇ। ਯੂਹੰਨਾ ਦੀ ਇੰਜੀਲ ਅਧਿਆਏ 8 ਦੇ ਵਿੱਚ ਵੇਖਦੇ ਹਾਂ, ਪ੍ਰਭੂ ਯੇਸੂ ਮਸੀਹ ਸਾਰੇ ਯਹੂਦੀਆਂ ਦੇ ਵਿਚਕਾਰ ਆਪਣੇ ਆਪ ਨੂੰ ਚਾਨਣ ਦੇ ਨਾਮ ਦੇ ਵਿੱਚ ਪ੍ਰਗਟ ਕਰਦਾ। ਜਦ ਯਹੂਦੀ ਇੱਕ ਸਤਰੀ ਨੂੰ ਲੈ ਆਂਦੇ ਅਤੇ ਉਸਨੂੰ ਪਾਪੀ ਟਹਿਰਾਉਂਦੇ, ਉਸਨੂੰ ਪ੍ਰਭੂ ਯੇਸੂ ਮਸੀਹ ਬਚਾਉਂਦਾ। ਉਸੇ ਪ੍ਰਕਾਰ ਉਹ ਆਤਮਿਕ ਗੱਲਾਂ ਨੂੰ ਕਰਦਾ ਪਰ ਯਹੂਦੀ ਸਰੀਰਕ ਗੱਲਾਂ ਨੂੰ ਕਰਦੇ। ਇਹਨਾਂ ਸਾਰੇ ਅਧਿਆਇ ਦੇ ਰਾਹੀਂ ਆਪਾਂ ਵੇਖਦੇ ਹਾਂ ਕਿ ਜਿਸ ਪ੍ਰਕਾਰ ਬਸਲੀਏਲ ਯੇਸੂ ਮਸੀਹ ਅਤੇ ਯਹਾਯਾਜ਼ ਪ੍ਰਭੂ ਦੇ ਗੱਲਾਂ ਉੱਤੇ ਦਿਲੋਂ ਲੱਗੇ ਰਹੇ, ਉਸੇ ਪ੍ਰਕਾਰ ਆਪਾਂ ਨੂੰ ਵੀ ਲੱਗੇ ਰਹਿਣਾ ਚਾਹੀਦਾ ਹੈ। ਚਾਹੇ ਲੋਕ ਆਪਣੇ ਸੱਚਾਈ ਦੇ ਕਾਰਨ ਆਪਾਂ ਨੂੰ ਪਾਗਲ ਵੀ ਆਖਣ ਅਤੇ ਇਹਨੂੰ ਪੂਤ ਚਿਮੜਿਆ ਹੋਇਆ ਵੀ ਆਖਣ, ਆਪਾਂ ਉਹਨਾਂ ਗੱਲਾਂ ਉੱਤੇ ਧਿਆਨ ਨਹੀਂ ਰੱਖਣੀ, ਕਿਉਂਕਿ ਉਹਨਾਂ ਨੇ ਪ੍ਰਭੂ ਯੇਸੂ ਮਸੀਹ ਨੂੰ ਵੀ ਅਹੋ ਜਿਹਾ ਨਾਮ ਦਿੱਤੇ ਸੀ। ਸੋ ਪ੍ਰਭੂ ਦੇ ਪਿਆਰਿਓ, ਆਪਾਂ ਪ੍ਰਭੂ ਦੀ ਸੇਵਾ ਦੇ ਵਿੱਚ ਕਦੇ ਵੀ ਪਿੱਛੇ ਨਹੀਂ ਕਿਸੇ ਦੇ ਕਾਰਨ ਵੀ ਹੋਣਾ, ਤਾਂ ਕਿ ਆਪਾਂ ਪ੍ਰਭੂ ਦੇ ਕੰਮ ਨੂੰ ਚੰਗੀ ਤਰ੍ਹਾਂ ਕਰਕੇ ਉਹਦੇ ਮਨ ਪਾਉਣ ਵਾਲੀ ਗੱਲਾਂ ਉੱਤੇ ਧਿਆਨ ਕਰਨ ਵਾਲੇ ਬਣ ਸਕੇ। ਸੋ ਇਹਨਾਂ ਸਾਰੀਆਂ ਗੱਲਾਂ ਉੱਤੇ ਧਿਆਨ ਰੱਖਦੇ ਹੋਏ ਪ੍ਰਭੂ ਦੀ ਮਹਿਮਾ ਕਰੀਏ। ਨਾ ਸਾਰੇ ਵਚਨਾਂ ਦੀ ਰਾਹੀਂ ਪ੍ਰਭੂ ਤੁਹਾਨੂੰ ਆਸੀਸ ਦੇਵੇ। ਜੈ ਮਸੀਹ ਦੀ। ਗੋਡ ਬਲੈਸ ਯੂ।